ਤਾਂ ਕਿ ਖੂਬ ਰੇ ਢੇਰ ਤੱਕੜਾ ਢੇਰ ਨੰਗਿਆਲੀ ਜ਼ੁਲਮੀ ਮਸ਼ਰੂਮ ਕਸ਼ਰੂਨ ਹਮਦੂਲੀ ਟੂਲ ਮਲਗਰੀ ਤਨੀ ਪਨੰਗ ਅਫਗਾਨੀ ਸਲੂਮ ਲਿਆਈ ਦਿਨ ਮਖਸ਼ੇ ਚਿਨੀ ਮਖਤਾ ਪ੍ਰੋਗਰਾਮ ਵੀ ਆਈ ਪਤਾ ਪ੍ਰੋਗਰਾਮ ਸੇ ਤੇ ਮੀ ਸਰਾ ਤੇ ਪਸ਼ਤੂਨ ਗੁਰਾਂ ਨੇ ਗੁਰਦਾਨ ਦੇਰ ਕਤਰਮਾਨ ਅਬਦੁੱਲਾ ਨੰਗਿਆਲ ਤੇ ਵੇ ਦਾਗਰ ਟਾਈਮ ਤਾਂ ਮੀ ਸਤਾ ਇਸਲਾਮਾਬਾਦ ਨਰਵਰਾ ਕੇ ਕਰ ਅਬਦੁੱਲਾ ਨੰਗਿਆਲ ਪੱਕੇ ਗਾਡੀ ਨਹੀਂ ਲੈ ਰਹੀ ਦਾਗਰ ਸਰਾ ਤੇ ਇਸਲਾਮਾਬਾਦ ਨਰਗਲੀ ਤੇ ਮੀ ਦੇਰ ਕਤਰਮਾਨ ਮੁਰਦਾਦ ਮਹਿਸੂਦ ਕਮਰਾਨ ਉਹ ਵਸੀਮ ਖਾਨ ਦਾਵਰ ਸਰਾਰ ਉਗਲਲ ਦਮੀਸ਼ ਦੇਰ ਮਲਾਨ ਮਸ਼ਾਰ ਕਦਰਮਾਨ ਸਮਤ ਖਾਨ ਚਾਹ ਦੇ ਬਾਨੀ ਨਾਲ ਗਲਾਈ ਦਾਏ ਵੇ ਸਰਾ ਦੇ ਜਾਨੀ ਖੇਲੇ ਡੇਸ ਕਸਨੀ ਮਲਗਰੀ ਵੰਡ ਮਲਗਰੀ ਤਮੀਸ਼ ਹਰ ਕਲਾਈ ਵੀ ਆਈ ਮਤੁਸਨ ਚਕੀਮ ਔਰ ਗੁਣਸ਼ਵੀ ਦਿਲਾ ਤਾਂ ਮਲਗਰੀ ਸੀ ਦਸਰੇ ਬੰਗਲੇ ਖਾਲ ਇੱਦਾਂ ਕਿ ਡੇਰ ਅਮੀਸ਼ ਖਤੂਸੀ ਸ਼ੁਕਰੀਆ ਅਦਾ ਕਰੀ ਤਮੀਸ਼ ਦੇਰ ਪਲਾਨ ਮੈਸੇਜ ਪੁੰਦੇ ਮਿਸਟਰ ਟੂਲਸਵਲ ਮਿਸਟਰ ਗੁਣਸ਼ਵਲ ਮੀਜ਼ਰ ਵਵਲ ਕੀ ਤੂੰ ਤਖਦਾ ਇਤਨੇ ਕੋ ਤੇ ਕਲਾ ਖਮੀ ਸ਼ਖ ਤੇ ਕੜਾਈ ਦਾ ਕਲਾ ਖਮੀ ਸ਼ਵੇਲ ਕਰੀ ਦੀ ਤ੍ਰੇਕ ਬੰਗਲੇ ਖਾਲ ਕੇ ਮਿਸਟਰ ਯੂ ਲੋਈ ਨਾਂ ਕੜਾਈ ਦਾ ਮਿਸਟਰ ਸੰਗ ਪਸੰਗ ਦਰੇ ਦਲੀ ਦੀ ਮਿਸਟਰ ਦੇਰ ਖਾ ਦੇ ਮਿਸਟਰ ਦੇਰ ਮੀਨਾ ਕੜੀ ਤੂੰ ਆਗਾ ਨਤੀਜਾ ਖ ਤੂੰ ਤੇ ਕਲਾ ਖ ਤੇ ਪਿਟੀਐਮ ਲੋਈ ਮਸਟਰ ਤਬਾਹ ਵੀ ਯਾਰ ਮਿਸ ਖੁਆਇਸ਼ ਖ ਕੜਾਈ ਦਾ ਬਲਕਿ ਤੇ ਮਸਟਰ ਤਬਾਹ ਦਾ ਖੁਆਇਸ਼ ਵੀ ਤਰਾ ਬੰਗਲਾ ਤਰ ਗਲੀ ਦੀ ਪਦਾ ਗੁੰਡਾ ਕੇ ਮਿਸਟਰ ਆਦੇ ਮੁਮਨ ਦੇਨਾ ਦੇਰ ਕਦਰਮਾਨ ਔਰ ਰਜ਼ਾ ਮਲਗਰੇ ਕੋ ਸ਼ਰੀਕ ਤਾਈ ਮਲਗਰੀ ਤੂੰ ਸਤਪਾ ਤੇ ਵੀ ਟੈਮ ਮੁਖਤਸਰ ਦੇ ਮਸ਼ਹੂਰ ਨੂੰ ਖਬਰ ਦੇ ਤੱਕ ਕੋ ਕਿ ਦੇ ਪੀਟੀਐਮ ਦੇ ਤਰਫ ਨਾ ਪਰ ਰਹੋਂ ਪਿੰਦਲ ਸਮ ਤਾਰੀਖ ਦਿਵਾਲੂ ਯਾ ਜਲਸਾ ਚ ਪਮੀ ਰਨਸ਼ਾਕਸ਼ ਕੇ ਦਿਨ ਕੇ ਦੋ ਦਾ ਜਲਸਾ ਤੂੰ ਸਤਪਾ ਤੇ ਵੀ ਚ ਦੇਰ ਵਕਤ ਬਾਦਾ ਦਿਵਾਲੂ ਯਾ ਜਲਸਾ ਦੇ ਪੀਟੀਐਮ ਕੀ ਜੀ ਪੀਟੀਐਮ ਜਲਸੇ ਕੋ ਦੇਰ ਲੋਈ ਲੋਈ ਜਲਸੇ ਉਹ ਪਟੇਮ ਟੈਮ ਵੇ ਕੋ ਬਾਹਰਲ ਕੋਰੋਨਾ ਮਸਾਲੇ ਕੋ ਸੇ ਰੋਕ ਲੇ ਦਾ ਜਲਸਾ ਦੇਰ ਵਕਤ ਬਾਦਾ ਕੀ ਜੀ ਉਹਦੇ ਦਗੇ ਜਲਸੇ ਅਗਾ ਡੇਰ ਅਸ ਮਸਨ ਮੀ ਜੋ ਇਹ ਚ ਮਹਿਮ ਆਵੇਲੇ ਦੋ ਜ਼ਕ ਮਹਿਮ ਦੋ ਚ ਪਦਗ ਵਤਨ ਛੇ ਚ ਦੇ ਫੌਜ ਕੀ ਮਬਤ ਮਸ਼ੀਵਾ ਪਦਗ ਵਤਨ ਛੇ ਦੇ ਫੌਜ ਕੀ ਮਬਬਰੀਅਤ ਵੋ ਆਦ ਦਗ ਗੁਰਜ਼ੰਗ ਦੇ ਲਿਆਰੇ ਡੇਰ ਪਸ਼ਾਦ ਤੇ ਲਗਦਾ ਤੇ ਦਗ ਪੀਟੀਐਮ ਦੇ ਬਿਆਨੀ ਦੇ ਵਾਜੇ ਦਮ ਰਯੂ ਲੂਈ ਅਸਰਾਤ ਸ਼ਿਵੀ ਦੀ ਚਨਨ ਪਗਵਣ ਮਲਕ ਛੇ ਆਗਾ ਦੇ ਪੀਟੀਐਮ ਖਬਰ ਕਰੀ ਜੀ ਟੋਲ ਪਾਕਿਸਤਾਨ ਚ ਲੁਈ ਲੁ ਕੀ ਦਾ ਤੀਨ ਆਗ ਖਬਰ ਕੋ ਚ ਪਰਿੰਦ ਦੇ ਨਕੜੇ ਹਰ ਖਬਰ ਕੀ ਜੀ ਚਾਗਾ ਕਿਮ ਹਰ ਕੇ ਤਾ ਪੀਟੀਐਮ ਜਬ ਕੋਹਰ ਕਰੇ ਮਲਗਰੀ ਇਕ ਸੋਪਾ ਤੇ ਵੀ ਚਨਨ ਨ ਯੋ ਯੂ ਨੀਮ ਕੁਲ ਅਵਾਲ ਬ੍ਰਿਆ ਪ ਵਜ਼ੀਰਿਸਤਾਨ ਛੇ ਖੜ ਕਮਰ ਪੇਸ਼ਾ ਉਕੜਾ ਚੌਰੀਆ ਫੌਜ ਜੋ ਲੁਈ ਜ਼ਲਮ ਕੜਾਇ ਉਹ ਸ਼ਜ਼ੀਨਾ ਵਾਲ ਜੀ ਖਾਤਰ ਫੁਲ ਸ਼ੋਏ ਉਹ ਦਰ ਨੈਕਸ਼ਨ ਵਾਲ ਜੀ ਵਾ ਆਗਾ ਤੇ ਨੀਤ ਮਸਰੂਨ ਕਲਾ ਦਰ ਨਨੂ ਸਤਵਾ ਚਪਾਗਾ ਸੇ ਫੌਜ ਅਟੈਕ ਤੋ ਕੋ ਚੇਮਿਸ ਪਕ ਪਿੰਦਲ ਲਸ ਕਾ ਕੋਮ ਸ਼ਹੀਦੂਨ ਸ਼ੁਅਲ ਮਿਸ ਪਦਰ ਜਨੀ ਨਾ ਕਸੂਨ ਪਕ ਸ਼ੇ ਜ਼ਖਮੀਉਨ ਸ਼ੁਅਲ ਆਗੇ ਬਾਸ ਚੇ ਦੇ ਮੀਜ ਮਸ਼ਰੂਨ ਅਲੀ ਵਜ਼ੀਰ ਮੁਸੈਨ ਦੌੜ ਜੇ ਉਨੀ ਵਾਲ ਐਦੇ ਨੇ ਇਲਾਵਾ ਸੁਮਰਾ ਦੇ ਪੀਟੀਐਮ ਮਸ਼ਰ ਤਬਾਵਾ ਤਕਰੀਬਨ ਯੂ ਸਲ ਸ਼ਲ ਕਸੂਨ ਨਾ ਪੁਸ ਕਸੂਨ ਦਾਵਨ ਯੂ ਵਾਲ ਸ਼ੁਅਲ ਨੰਗਿਆਲ ਦੇ ਸਮਾਦਾ ਜੀ ਦਾ ਗੁਣ ਨੀ ਵਾਲ ਸ਼ੇ ਵੀ ਦਾ ਯੂ ਜ਼ਲਮ ਸ਼ਵਾਈ ਵਾ ਦਾ ਯੂ ਜਬਰ ਸ਼ਵਾਈ ਵਾ ਆਗੇ ਬਾਸ ਚੇ ਮੀਜ ਚੱਕਲਾ ਦਹਰੀਪੁਰ ਜਨਰਲ ਖਲੂਸ ਵੀ ਮੀਜ ਅਖਤ ਜਾ ਜੋੜ ਕੇ ਤੁਸ ਤੋ ਪਾਤੇ ਵੀ ਤੁਸ ਖੁਵੇਲ ਕੇ ਦੇ ਖਾਲ ਕੇ ਡੇਰ ਯੂ ਲੁਈ ਜਨਮ ਕੜਾਈ ਦਾ ਕਤਲੀ ਨਾ ਕੜੀ ਦੀ ਮੀਜ ਅਖ ਪਲੇ ਮਸ਼ਰੂਨ ਨੇ ਦੋ ਖੁਸ ਵਾਲੇ ਦਾ ਪੂਰਾ ਜ਼ਾਖਪੁਰ ਤੱਕ ਵੋ ਫਿਰ ਅਸਰਾ ਬੰਗਲਾ ਤੁਸ ਤੋ ਪਾਤੇ ਵੀ ਪੁਲਿਸ ਅਰ ਕੁਲ ਸ਼ਵਾ ਯੋ ਨੇ ਕਪੂਸ ਅਰ ਤੁਲ ਸੇ ਵੀ ਮੀਜ ਤੁਸ ਤਾ ਪੱਪਲ ਮਰੀ ਖਲੀ ਜੜੋ ਨਾ ਕਸਵਾ ਫਕੀਰ ਪਲਬੁਂ ਦੋ ਵਸ਼ੋ ਆਗੇ ਪਸਾਬ ਕੋ ਦੇ ਮੀਜ ਨਾ ਡੇਰ ਲੋਨ ਮਲਗਰਾਈ ਹਨੀ ਪਸ਼ਤੀ ਨੀ ਯੋ ਵਚ ਨਨ ਖਦਲ ਖਾਲ ਕੋ ਪੱਪਲ ਜੁਨੇ ਪਜ਼ਿੰਦਾਨ ਕੇ ਸੁਤਲਾਈ ਜਾਏ ਦਾ ਜਲਸਾ ਦਾ ਕਿੰਮ ਪ ਮੁਕਾਤਰ ਕੇ ਕਿਲਿੰਗ ਪ ਵਜ਼ੀਰਿਸਤਾਨ ਕੇ ਯਮੂਤ ਪ ਖੋਰਾ ਕੇ ਲਗਿਆ ਆਦਾਏ ਕਿ ਮਾ ਬੇਰਤਾ ਦਾ ਦਸ਼ਤ ਗਰਦੀ ਚ ਫੌਜ ਕੀ ਮਾ ਗਿਆ ਰੋੜੀ ਦੇ ਯੇ ਪ ਖਲਾ ਦੇਖਣ ਕਮਰ ਦੇ ਸ਼ਹੀਦੂ ਨੇ ਦੇ ਯੂਤ ਪ ਹਵਾਲਾ ਹਨੀ ਪਸ਼ਤੀਨ ਇਜਾਜ਼ ਵੇ ਸਰਾ ਫਹੀਮ ਸੁਮਰੇ ਦੀ ਵਲੀ ਸ਼ਵੀ ਨਿਜ ਮਲਗਰੀ ਦੀ ਦੇ ਯੇ ਦੇ ਕੁਲਸ ਵਲੀ ਦਾ ਪੂਰਾ ਦਾਈ ਵਾਲੂ ਯਾ ਜਲਸਾ ਕੀ ਦਿਨ ਕੀ ਦੂ ਮਲਗਰੀ ਅਮਿਸ਼ ਖਵਾਸ ਕੀ ਦਾ ਜੜੂਰ ਵਲੀ ਦੂ ਫਰਯੂਦਰ ਵਲਾਈ ਦਾ ਦਗਸਰੇ ਬੰਗਲੇ ਖਾਲ ਕੇ ਤਾ ਜਿੱਦਾਂ ਜਲਸਾ ਕੋ ਪ੍ਰੀ ਜੀ ਕਾ ਗੁਟੀ ਜੀ ਕਾ ਅਸਰਾਤ ਕੋ ਦਾ ਪਤੂਸ ਕੀ ਜੀ ਲਕਾ ਸਰੰਗ ਨੂਰ ਕਲਾ ਪਮੀਜ ਨਾਂ ਕਲਾਈ ਦਾ ਪੈਦਾ ਖਤ ਤਰਜ਼ ਮੀਜਾ ਦੂਰ ਦਾ ਪਮੀਜ ਦਾ ਤਾਮਾ ਦੋ ਮੀਜ ਦਾ ਗੁਸ਼ਤਨਾ ਦੋ ਜਿ ਦਸਰੇ ਬੰਗਲੇ ਖਾਲ ਦੇਰ ਪਲੂਈ ਤਾ ਦਾ ਸਰਾ ਪੈਦਾ ਜਲਸਾ ਕੋ ਸ਼ਰੀਕ ਕੀ ਜੀ ਦਾ ਜਲਸਾ ਕੋ ਮੀਜ ਸਰਾ ਗੜੀਨ ਕੀ ਇਨਸ਼ਾਅੱਲਾ ਗੁਣ ਮਲਗਰੀ ਖੁਰਸੀ ਇਨਸ਼ਾਅੱਲਾ ਸਬੂਨਾ ਬਲ ਸਬੂ ਯਾਨੀ ਕਿ ਜ਼ਰਾ ਸਾਮ ਤਾਰੀਖ
دوم ریس د باندې